ਮੇਰਾ ਨਾਮ ਅਜੇ ਕੁਮਾਰ ਆ ਵੀਰੇ, ਮੈਂ ਉਰੇ ਵਾਲ ਕਟਾਉਣ ਆਇਆ ਵਾ ਤਾ ਸਾਹਮਣੇ ਖੜੇ ਦੇ ਸਾਰੇ ਜਣੇ ਖੜੇ ਦੇ ਅਸੀਂ। ਇਹ ਗੱਡੀ ਵੀਰੇ ਪਹਿਲਾਂ ਪਲੈਨੋ ਫੁੱਟਪਾਥ ਨਾਲ ਵੱਜੀ ਆ, ਉਹ ਬੰਦਾ ਪਿੱਛੇ ਤੋਂ ਆ ਸਿੱਧਾ ਰੋਡ ਤੇ ਆ ਰਿਹਾ ਤਾਂ ਵੀਰੇ ਬਚਾਉਂਦੇ ਬਚਾਉਂਦੇ ਉਹ ਬੰਦੇ ਨੇ ਆ ਗੱਡੀ ਵਾਲੇ ਨੂੰ ਟੇਪਰ ਕਰੀ ਆ ਗੱਡੀ, ਔਰ ਇਹਦਾ ਬੰਦੇ ਦਾ ਬਚਾਅ ਕਰਿਆ। ਦੇਖੋ ਨਾ ਅਸੀਂ ਇਹਨੂੰ ਜਾਣਦੇ ਹਾਂ ਨਾ ਉਹ ਬੰਦੇ ਨੂੰ ਜਾਣਦੇ, ਪਰ ਆਪਾਂ ਇਨਸਾਫ ਕਰਨਾ ਵੀਰੇ ਟਰੱਕ ਵਾਲੇ ਦੀ। ਵੀਰ ਕੋਈ ਗਲਤੀ ਨਹੀਂ, ਸਾਰੀ ਪਬਲਿਕ ਖੜੀ ਆ, ਮੈਨੂੰ ਛੱਡ ਕੇ ਜਿਹੜੇ ਮਰਜ਼ੀ ਬੰਦੇ ਨਾਲ ਗੱਲ ਕਰੋ। ਮੇਰਾ ਨਾਮ ਮਹਿੰਦਰ ਸਿੰਘ ਹੈ। ਕਿਸ ਤਰ੍ਹਾਂ ਹੋਇਆ ਐਕਸੀਡੈਂਟ? ਇਹ ਐਕਸੀਡੈਂਟ ਹੋਇਆ ਹੈ, ਇਹ ਮੈਂ ਇੱਧਰੋਂ ਆ ਰਿਹਾ ਟਰੱਕ ਵਿੱਚੋਂ ਇੱਕਦਮ ਨਿਕਲਿਆ ਆ ਕੇ, ਔਰ ਹਿੱਟ ਹੋਈ ਗੱਡੀ ਮੇਰੀ ਨੇ, ਹਿੱਟ ਕੀਤੀ ਉਹ ਗੱਡੀ ਘੁੰਮ ਗਈ ਜੀ, ਮਤਲਬ ਉਸ ਵੇਲੇ ਸਪੀਡ ਵੀ ਸੀਗੀ ਔਰ ਗੱਡੀ ਘੁੰਮ ਗਈ। ਤੁਸੀਂ ਕਿਹੜੇ ਸਾਈਡ ਤੋਂ ਸੀਗੇ ਆ ਰਹੇ? ਅਸੀਂ ਤਾਂ ਇੱਧਰੋਂ ਨੰਗਲ ਤੋਂ ਆ ਰਹੇ। ਟਰੱਕ ਕਿਹੜੀ ਸਾਈਡ ਤੋਂ ਸੀਗਾ? ਟਰੱਕ ਇਹ ਇੱਧਰੋਂ ਵਿੱਚੋਂ ਆਇਆ ਇੱਧਰੋਂ। ਅੱਛਾ, ਕ੍ਰੋਸਿੰਗ ਤੋਂ? ਇਹ ਅੰਦਰ ਕ੍ਰੋਸਿੰਗ ਤੋਂ। ਅੱਛਾ, ਤੇ ਹੁਣ ਤੁਹਾਡੇ ਨਾਲ ਕੌਣ ਕੌਣ ਸੀਗਾ? ਮੇਰੇ ਨਾਲ ਮੇਰੀ ਵਾਈਫ ਹੈਗੀ ਔਰ ਮੇਰੀ ਬੇਟੀ ਹੈ। ਸੱਟਾਂ ਸੁੱਟਾਂ ਵਗੈਰਾ ਤਾਂ ਲੱਗੀਆਂ ਤੁਹਾਨੂੰ? ਸੱਟਾਂ ਤਾਂ ਲੱਗੀਆਂ ਜੀ, ਕੁਛ ਦੇਰ ਤੱਕ ਸਾਨੂੰ ਪਤਾ ਨਹੀਂ ਲੱਗਿਆ ਵੀ ਹੋਇਆ ਗਿਆ ਹੈ। ਕਾਰਨ ਕੀ ਮੰਨਿਆ ਜਾ ਰਿਹਾ ਵੀ ਰੋਂਗ ਪਾਸਿੰਗ? ਇਹ ਰੋਂਗ ਪਾਸਿੰਗ ਹੈ, ਬਿਲਕੁਲ ਇੱਧਰ ਤੇ ਆਇਆ ਹੈ, ਮੈਂ ਬਿਲਕੁਲ ਸੜ ਦੀ ਸਪੀਡ ਤੇ ਆ ਰਿਹਾ ਸਰ। ਮੈਂ ਕੋਈ ਜ਼ਿਆਦਾ ਇਹਦੇ 'ਚ ਸਪੀਡ ਵੀ ਨਹੀਂ ਸੀ। ਪਰ ਜੀ ਕੀ ਮਾਮਲਾ ਹੋਇਆ ਹੈ? ਤੁਹਾਡੀ ਗੱਡੀ ਬੜੀ ਇੱਥੇ ਦੁਰਘਟਨਾਗ੍ਰਸਤ ਹੋਈ ਹੈ। ਮੈਂ ਸੜ ਦੀ ਸਪੀਡ ਤੇ ਆ ਰਿਹਾ ਸੀ। ਹਾਂਜੀ, ਤੇ ਇੱਕਦਮ ਨੇ ਡਾਈਵਰਜਨ ਦਾ ਪਤਾ ਨਹੀਂ ਲੱਗਿਆ, ਮੈਨੂੰ ਡਾਈਵਰਜਨ 'ਚ ਰੱਖਿਆ ਤਾਂ ਟਰੱਕ ਵਾਲਾ ਸਿੱਧਾ ਉੱਪਰ ਹੀ ਆ ਗਿਆ। ਅੱਛਾ ਜੀ, ਤੇ ਮੈਂ ਰਾਈਟ ਹੈਂਡ ਕੱਟ ਮਾਰਿਆ ਤਾਂ ਵੀ ਗੱਡੀ ਵੱਜ ਗਈ। ਠੀਕ ਹੈ, ਤਾਂ ਗੱਡੀ ਦਾ ਕਾਫੀ ਨੁਕਸਾਨ ਹੋਇਆ, ਨਾਲ ਕੌਣ ਕੌਣ ਸੀ ਤੁਹਾਡੇ? ਅਕੇਲੇ ਸੀ ਮੈਂ। ਅੱਛਾ, ਠੀਕ ਹੈ, ਤੇ ਕੀ ਮੰਗ ਕਰਦੇ ਹੁਣ ਤੁਸੀਂ ਇੱਥੇ? ਟਰੱਕ ਡਰਾਈਵਰ ਕਿੱਥੇ ਆ? ਟਰੱਕ ਡਰਾਈਵਰ ਚਲੇ ਗਿਆ ਕਿੱਥੇ? ਉਹ ਚਲਾ ਗਿਆ। ਕਿੰਨਾ ਸਮਾਂ ਹੋ ਗਿਆ ਇਸ ਦੁਰਘਟਨਾ ਹੋਈ ਨੂੰ? 15 ਮਿੰਟ ਹੋ ਗਏ।